ਹੁਸ਼ਿਆਰਪੁਰ ਤੋਂ ਇੱਕ ਫਾਈਨਾਂਸ ਦਫ਼ਤਰ ਨੂੰ ਅੱਗ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ। ਦੱਸਦੇ ਕਿ ਮੌਨ ਸੜਕ ਨਜ਼ਦੀਕ ਹੀ ਸਥਿਤ ਇੱਕ ਫਾਈਨਾਂਸ ਦਫ਼ਤਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ। ਅੱਗ ਨਾਲ ਦੋ ਮੰਜ਼ਿਲਾਂ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਇੱਥੋਂ ਤੱਕ ਕਿ ਉੱਪਰਲੀ ਮੰਜ਼ਿਲ ਤੇ ਪਿਆ ਫਰਨੀਚਰ ਦਾ ਸਮਾਨ ਜਲ ਕੇ ਕੋਲਾ ਬਣ ਗਿਆ। ਘਟਨਾ ਤੋਂ ਬਾਅਦ ਥਾਣਾ ਸਦਰ ਪੁਲਿਸ ਦੇ ਅਧਿਕਾਰੀ ਮੌਕੇ ਤੇ ਦੌਰਾ ਕਰਨ ਪਹੁੰਚੇ ਤੇ ਉਹਨਾਂ ਨੇ ਉਕਤ ਕਾਰਵਾਈ ਦਾ ਭਰੋਸਾ ਦਿੱਤਾ। ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਨਿਊ ਫਤਿਹਗੜ੍ਹ ਨੇ ਦੱਸਿਆ ਕਿ ਉਸਦਾ ਚੰਡੀਗੜ੍ਹ ਰੋਡ ਤੇ ਇਸਲਾਮਾਬਾਦ ਵਿਖੇ ਮੇਨ ਸੜਕ ਨਜ਼ਦੀਕ ਹੀ ਫਾਈਨਾਂਸ ਦਾ ਦਫ਼ਤਰ ਮੌਜੂਦ ਹੈ। ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸਦੇ ਦਫ਼ਤਰ 'ਚ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਉਹਨਾਂ ਦੱਸਿਆ ਕਿ ਦਫ਼ਤਰ 'ਚ ਲੱਗੀਆਂ ਦੋ ਐਲਈਡੀਆਂ ਤੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਸਮੇਤ ਪਾਣੀ ਦੀ ਮੋਟਰ ਵੀ ਗਾਇਬ ਹੈ। ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਨਾਲ ਉਸਦਾ ਘੱਟ ਤੋਂ ਘੱਟ 3 ਲੱਖ ਰੁਪਏ ਦਾ ਨੁਕਸਾਨ ਹੋਇਆ। ਉਹਨਾਂ ਦੱਸਿਆ ਕਿ ਉਸਦੀ ਕਿਸੇ ਵੀ ਨਾਲ ਕੋਈ ਦੁਸ਼ਮਣੀ ਨਹੀਂ ਸੀ, ਪਰ ਪਤਾ ਨਹੀਂ ਕਿਸ ਨੇ ਉਸਦਾ ਪੂਰਾ ਦਫ਼ਤਰ ਅੱਗ ਲਗਾ ਕੇ ਜਲਾ ਦਿੱਤਾ। ਉੱਥੇ ਹੀ ਉਸਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਪਤਾ ਲੱਗਾ ਲੋਕਾਂ ਆਂਢ ਗੁਆਂਢੀਆਂ ਨੇ ਫੋਨ ਕੀਤਾ ਕਿ ਉੱਪਰ ਦਫ਼ਤਰ 'ਤੇ ਅੱਗ ਲੱਗੀ ਆ। ਫਿਰ ਅਸੀਂ ਦੇਖਿਆ ਜਦੋਂ ਆ ਕੇ ਵੀ ਉੱਪਰ ਤਾਂ ਸਾਰਾ ਕੁਝ ਜਲ ਚੁੱਕਾ ਹੋਇਆ ਸੀ, ਪਰ ਉੱਪਰ LED ਵਗੈਰਾ ਲਾ ਲਈਆਂ ਹੋਇਆ ਸੀ, ਬਾਹਰੋਂ ਟੁੱਲੂ ਪੰਪ ਵੀ ਲਾ ਲਿਆ ਹੋਇਆ ਸੀ, ਅਤੇ ਸੋਫੇ ਸੂਫੇ ਜਲ ਚੁੱਕੇ ਸੀਗੇ, ਬੈੱਡ ਵੀ ਜਲ ਚੁੱਕਾ ਹੋਇਆ ਸੀ, ਅਤੇ ਸਮਾਨ ਸਾਰਾ ਜਿਹੜੀਆਂ ਉਹ ਸਿਲੰਡਰ ਵਗੈਰਾ ਉਹ ਲਾ ਕੇ ਲੈ ਗਏ ਆ, LED ਵੀ ਲਾ ਕੇ ਲੈ ਗਏ ਆ, ਅਤੇ ਸੋਫੇ ਸੂਫਿਆਂ ਨੂੰ ਜਾਲ ਗਏ ਜਾਂਦੇ ਹੋਏ, ਬੈੱਡ ਵੀ ਜਾਲ ਗਏ ਆ। ਰਾਤ ਕਿੰਨੇ ਵਜੇ ਗਏ ਸੀ ਘਰ ਤੁਸੀਂ? ਰਾਤੀ ਤਾਂ ਮੈਂ ਮੇਰੇ ਫਾਦਰ ਸਾਹਿਬ ਡੈਥ ਹੋਈ ਹੋ, ਮੈਂ ਤਾਂ ਆਇਆ ਨਹੀਂ, ਕੱਲ੍ਹ ਦੁਪਹਿਰ 12 ਵਜੇ ਆਇਆ ਸੀ, ਉਦੋਂ ਤਾਂ ਠੀਕ ਸੀ। ਦੁਕਾਨ ਬੰਦ ਕਰਕੇ ਗਏ? ਹਾਂ, ਦੁਕਾਨ ਬੰਦ ਸੀ, ਸ਼ਟਰ ਲੌਕ ਲੱਗੀ ਹੋਈ ਸੀ, ਲੌਕ ਤੋੜੇ ਆ, ਲੋਕ ਤੋੜ ਕੇ ਅੰਦਰ ਵੜੇ ਆ। ਸਵੇਰੇ ਕਿੰਨੇ ਵਜੇ ਪਤਾ ਲੱਗਾ? ਸਵੇਰੇ ਸਾਨੂੰ ਪਤਾ ਲੱਗ ਗਿਆ 4:30-4 ਵਜੇ। ਨੁਕਸਾਨ ਤਾਂ 3 ਲੱਖ ਦਾ ਹੋ ਗਿਆ, 2.5-3 ਲੱਖ ਦਾ। ਡਬਲ ਸੋਫਾ ਲੈ ਕੇ ਤੇ ਉਹ ਸਾੜ ਗਏ, ਵਿੱਚ LED ਲੈ ਗਏ ਨਾ ਦੋ, ਇੱਕ ਥੱਲੇ ਵਾਲੀ ਲੱਗੀ ਹੋਈ ਸੀ, ਜਿਹ 'ਚ ਇੱਕ DVR ਲੱਗੀ ਸੀ, ਉਹ ਵੀ ਲੈ ਗਏ, ਕੈਮਰੇ ਜਿਹੜੇ ਚੱਲਦੇ ਸੀ ਉਹ ਵੀ ਲੈ ਗਏ, ਉੱਪਰ LED 40-42 ਇੰਚ ਲੱਗੀ ਸੀ ਉਹ ਵੀ ਲੈ ਗਏ। ਲੜਾਈ ਝਗੜਾ ਮੇਰਾ ਫਿਲਹਾਲ ਤਾਂ ਕੋਈ ਵੀ ਨਹੀਂ ਹੋਇਆ, ਹੋ ਸਕਦਾ ਵੀ ਕਿਸੇ ਨੇ ਲੈਣੇ ਦੇਣੇ, ਜਿਹਨਾਂ ਲੈਣੇ ਆ ਜਿਹਨਾਂ ਕੋਲ ਪੈਸੇ, ਉਹਨਾਂ ਨੇ ਇਸ ਰੰਜਿਸ਼ ਚਲਾਤੀ ਹੋਈ, ਡਾਕੂਮੈਂਟ ਇੱਥੇ ਪਏ ਹੁੰਦੇ ਆ ਵੀ ਅੱਗ ਲਾ ਦਈਏ। ਸੀਸੀਟੀਵੀ ਕੈਮਰੇ ਲੱਗੇ ਹੋਏ ਸੀ? ਹਾਂਜੀ, ਸੀਸੀ ਕੈਮਰੇ ਲੱਗੇ। ਨਹੀਂ, ਉਹ DVR ਹੀ ਲੈ ਗਏ ਨਾ, DVR ਨਾਲ ਲੈ ਗਏ। ਕਿੰਨਾ ਕੁ ਟੋਟਲ ਨੁਕਸਾਨ ਹੋਇਆ? 3 ਲੱਖ ਰੁਪਈਆ ਨੇ। ਪੁਲਿਸ ਥਾਣਾ ਕਿਹੜਾ ਪੈਦਾ ਤੁਹਾਨੂੰ? ਸਦਰ ਥਾਣਾ। ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ? ਹਾਂਜੀ ਹਾਂਜੀ, ਆਈ ਸੀ ਪੁਲਿਸ ਫਿਰ ਤਫਤੀਸ਼ ਕਰ ਗਈ। ਠੀਕ ਹੈ, ਕੀ ਮੰਗ ਕਰਦੇ ਹੋ ਤੁਸੀਂ? ਬਸ ਇਹੀ ਵੀ ਕੰਮ ਠੀਕ ਤਾਂ ਹੈ ਨਹੀਂ ਗਿਆ, ਇਹ ਅਰਥ ਆਪਣੀ ਜਿਹੜੀ ਜੋ ਵੀ ਆ ਸਿਸਟਮ ਚੱਲਦਾ ਇਹਦਾ, ਲਾਅ ਐਂਡ ਆਰਡਰ ਦਾ, ਇਹਨੂੰ ਦਰੁਸਤ ਕਰਨਾ ਚਾਹੀਦਾ ਹੈ ਬੰਦੇ ਨੂੰ। ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਫਾਈਨਾਂਸ ਦਾ? ਮੈਂ 25 ਸਾਲ ਤੋਂ। ਹੁਸ਼ਿਆਰਪੁਰ ਤੋਂ ਸੁਰਿੰਦਰ, ਦੈਨਿਕ ਸਵੇਰਾ TV। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।